ਸਾਥਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤਾਂ ਮੈਂ ਜੱਜ ਸਿੰਘ ਚਾਹਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਬੀਤੇ ਦਿਨ ਉਹ ਮੱਧ ਪ੍ਰਦੇਸ਼ ਦੇ ਵਿੱਚ ਸਨ ਅਤੇ ਅੱਜ ਉਹ ਛੱਤੀਸਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਲਈ ਵੋਟਾਂ ਮੰਗ ਰਹੇ ਨੇ ਅਤੇ ਇਨ੍ਹਾਂ ਸੂਬਿਆਂ ਦੇ ਵਿੱਚ ਜਾ ਕੇ ਭਗਵੰਤ ਮਾਨ ਇਹ ਕਹਿੰਦੇ ਨੇ ਕਿ ਜੋ ਕੰਮ ਪੰਜਾਬ ਦੇ ਵਿੱਚ ਹੋ ਰਹੇ ਨੇ ਜੇਕਰ ਤੁਸੀਂ ਵੀ ਆਪਣੇ ਸੂਬਿਆਂ ਦੇ ਵਿੱਚ ਉਹੀ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦਿਓ ਸਾਡੀ ਸਰਕਾਰ ਆਪਣੇ ਸੂਬੇ ਦੇ ਵਿੱਚ ਵੀ ਬਣਾ ਲਓ ਪਰ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਏ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਤੇ ਕਹੀ ਦਿੰਦੀਆਂ ਨੇ 1 ਜੁਲਾਈ ਵਾਲੇ ਦਿਨ ਕੱਚੇ ਅਧਿਆਪਕਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਵਾਲੇ ਘਰ ਵੱਲ ਨੂੰ ਰੋਸ ਮਾਰਚ ਕੀਤਾ ਗਿਆ ਸੀ ਅਤੇ ਪੰਜਾਬ ਪੁਲਿਸ ਦੇ ਵੱਲੋਂ ਰੱਜ ਕੇ ਇਨ੍ਹਾਂ ਅਧਿਆਪਕਾਂ ਨੂੰ ਕੁੱਟਿਆ ਗਿਆ ਪੱਗਾਂ ਲਾਹ ਦਿੱਤੀਆਂ ਗਈਆਂ ਚੁੰਨੀਆਂ ਪੈਰਾਂ ਦੇ ਵਿੱਚ ਰੋਲ ਦਿੱਤੀਆਂ ਗਈਆਂ ਮਹਿਲਾ ਦੇ ਆਪਕਾਂ ਦੇ ਕੱਪੜੇ ਵੀ ਪਾਟੇ ਇਨ੍ਹਾਂ ਤਸਵੀਰਾਂ ਦੇ ਵਿੱਚ ਦਿਖਾਈ ਦਿੱਤੇ ਅਤੇ ਸੜਕਾਂ ਤੇ ਵੀ ਭਜਾ ਭਜਾ ਕੇ ਕੁੱਟਿਆ ਤੇ ਖੇਤਾਂ ਦੇ ਵਿੱਚ ਵੀ ਇਨ੍ਹਾਂ ਕੱਚੇ ਅਧਿਆਪਕਾਂ ਨੂੰ ਭਜਾ ਭਜਾ ਕੇ ਪੰਜਾਬ ਪੁਲਿਸ ਦੇ ਵੱਲੋਂ ਕੁੱਟਿਆ ਗਿਆ ਕੜੀਸ ਕੜੀਸ ਕੇ ਚੰਗੇ ਤਰੀਕੇ ਨਾਲ ਰੀਜ ਲਈ ਗਈ ਪੰਜਾਬ ਪੁਲਿਸ ਦੇ ਵੱਲੋਂ ਅਤੇ ਇਹਨਾਂ ਨੂੰ ਫੜ ਫੜ ਕੇ ਬੱਸਾਂ ਦੇ ਵਿੱਚ ਸੁੱਟ ਕੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜੋ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਵੀ ਬੜੀ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਦਿਖਾਈ ਦਿੰਦੀਆਂ ਨੇ ਕਿ ਉਹ ਬੰਦਾ ਇੰਜ ਕਿਵੇਂ ਕਰ ਸਕਦਾ ਹੈ ਜਿਹੜਾ ਕਹਿੰਦਾ ਸੀ ਕਿ ਮੇਰੀ ਸਰਕਾਰ ਬਣਾ ਦਿਓ ਮੇਰੀ ਸਰਕਾਰ ਦੇ ਵਿੱਚ ਕਿਸੇ ਨੂੰ ਧਰਨਾ ਦੇਣ ਦੀ ਲੋੜ ਵੀ ਨਹੀਂ ਪੈਣੀ ਹੈ ਹੁਣ ਉਸੇ ਦੇ ਵੱਲੋਂ ਹੀ ਇੰਨੇ ਵੱਡੇ ਪਦਰਤੇ ਤਸ਼ੱਦਦ ਦਾ ਕੱਚੇ ਅਧਿਆਪਕਾਂ ਤੇ ਕਿਵੇਂ ਕਰਵਾਇਆ ਜਾ ਸਕਦਾ ਹੈ ਕੁੱਟਖਾਣ ਤੋਂ ਬਾਅਦ ਇਹ ਅਧਿਆਪਕ ਕਿੰਨੇ ਕੁ ਦੁਖੀ ਨੇ ਉਹਨਾਂ ਦਾ ਬਿਆਨ ਤੁਹਾਨੂੰ ਸੁਣਾ ਦਿੰਨੇ ਆ ਸਾਡੇ ਬੱਚੇ ਵੀ ਰੋ ਸਾਨੂੰ ਪੁੱਛਦੇ ਆ ਮੇਰਾ ਬੇਟਾ ਰੋ ਸਾਨੂੰ ਪੁੱਛਦਾ ਹੈ ਮਮਾ ਤੁਸੀਂ ਕਦੋਂ ਵੱਡੇ ਹੋਣਾ ਅੱਜ ਜਿਵੇਂ ਪੁਲਿਸ ਨੇ ਆ ਕੇ ਤੁਸੀਂ ਬਹੁਤ ਜ਼ਿਆਦਾ ਦੁਖੀ ਹੋ ਚੁੱਕੇ ਆ ਕਸਮ ਤੇ ਸਾਡੇ ਘਰ ਦੇ ਹਾਲਾਤ ਐਥੇ ਤੱਕ ਹੋ ਚੁੱਕੇ ਆ ਨਾ ਕਿ ਸਾਡੇ ਘਰ ਦੇ ਵੀ ਸਾਨੂੰ ਕਹਿੰਦੇ ਇਹ ਤਾਂ ਨੌਕਰੀ ਕਰੋ ਜਾਂ ਫੇਰ ਘਰ ਛੱਡ ਦਿਓ ਅੱਜ ਪੁਲਿਸ ਨੇ ਕੰਮ ਕੀ ਕੀਤਾ ਬਹੁਤ ਕੀਤੀ ਆ ਸਰ ਕੁਦ ਮੈਂ ਘਰੇ ਨਹੀਂ ਆ ਕੇ ਪਿਆ ਚੁੰਨੀ ਵੀ ਉਤਾਰੀ ਆ ਤੇ ਦੋ ਜਗ੍ਹਾ ਲਾਠੀਆਂ ਵੀ ਮਾਰੀਆਂ ਇਹਨਾਂ ਨੇ ਉਹ ਵੀ ਜੈਂਸ ਨੇ ਉਹ ਵੀ ਜਨ ਟੀਚਰ ਸੀਗਾ ਲੇਡੀ ਸਟਾਫ ਨੇ ਮੈਨੂੰ ਕਿਸੇ ਨੇ ਹੱਥ ਨਹੀਂ ਲਗਾਇਆ ਹੈਗਾ ਹੁਣ ਜਦੋਂ ਇੰਨੀਆਂ ਤਸ਼ੱਦਦ ਭਰੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ ਤਾਂ ਫਿਰ ਵਿਰੋਧੀ ਪਾਰਟੀਆਂ ਵੀ ਚੁੱਪਾ ਕਿਵੇਂ ਰਹਿ ਸਕਦੀਆਂ ਨੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਭਾਵੇਂ ਭਾਰਤੀ ਜਨਤਾ ਪਾਰਟੀ ਹੋਵੇ ਸਾਰਿਆਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦਾ ਕੰਮ ਕਰ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ ਇਸ ਮੁੱਦੇ ਤੇ ਪ੍ਰਤੀਕਿਰਿਆ ਦਿੱਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੇ ਇੱਕ ਟਕਟਾਪੇ ਦੀ ਵੀਡੀਓ ਵੀ ਪਾਈ ਅਤੇ ਨਾਲ ਉਹਨਾਂ ਦੇ ਵੱਲੋਂ ਇੱਕ ਪੋਸਟ ਵੀ ਪਾਈ ਗਈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਆਪ ਸਰਕਾਰ ਵੱਲੋਂ ਨਿਯੁਕਤੀ ਪੱਤਰ ਵੰਡ ਕੇ ਜੇ ਅਧਿਆਪਕਾਂ ਨੂੰ ਨੌਕਰੀਆਂ ਦੇ ਦਿੱਤੀਆਂ ਗਈਆਂ ਸਨ ਭਗਵੰਤ ਮਾਨ ਦੇ ਐਲਾਨ ਅਨੁਸਾਰ ਜੇ ਸਾਰੇ ਕੱਚੇ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਗਿਆ ਸੀ ਜਿਨ੍ਹਾਂ ਦੇ ਅਖਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਵੀ ਦਿੱਤੇ ਗਏ ਤਾਂ ਮੁੱਖ ਮੰਤਰੀ ਇਹ ਦੱਸੇ ਕਿ ਇਹ ਕਿਹੜੇ ਅਧਿਆਪਕ ਹਨ ਜਿਨ੍ਹਾਂ ਨੂੰ ਪੰਜਾਬ ਭਜਾ ਕੇ ਕੁੱਟਿਆ ਜਾ ਰਿਹਾ ਹੈ ਨੌਕਰੀਆਂ ਦੀਆਂ ਗਰੰਟੀਆਂ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੇ ਨੌਜਵਾਨਾਂ ਤੇ ਕੀਤੇ लाठी चार्ज ਦੀ ਮੈਂ ਸਖਤ ਨਿੰਦਾ ਕਰਦਾ ਹਾਂ ਸਵਾਲ ਇੱਥੇ ਪੁੱਛ ਲਿਆ ਏ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਜੇਕਰ ਤੁਸੀਂ ਕਹਿੰਦੇ ਸੀ ਕਿ ਕੱਚੇ ਅਧਿਆਪਕ ਪੱਕੇ ਕਰ ਦਿੱਤੇ ਨੇ ਤਾਂ ਫਿਰ ਇਹ ਕਿਹੜੇ ਅਧਿਆਪਕ ਨੇ ਜਿਨ੍ਹਾਂ ਨੂੰ ਭੁਜਾ ਭਜਾ ਕੇ ਤੁਹਾਡੀ ਪੁਲਿਸ ਦੇ ਵੱਲੋਂ ਕਟਿਆ ਜਾ ਰਿਹਾ ਹੈ ਕਿਉਂਕਿ ਇਹ ਉਹੀ 8736 ਕੱਚੇ ਅਧਿਆਪਕ ਹਨ ਜਿਨ੍ਹਾਂ ਨੂੰ ਪੱਕੇ ਕਰਨ ਦਾ ਐਲਾਨ ਆਪਣੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਕਰ ਚੁੱਕੇ ਨੇ ਪਰ ਇਹ ਅਧਿਆਪਕ ਕਹਿੰਦੇ ਨੇ ਭਗਵੰਤ ਮਾਨ ਝੂਠ ਬੋਲਦਾ ਹੈ ਸਾਨੂੰ ਪੱਕਿਆ ਨਹੀਂ ਕੀਤਾ ਗਿਆ ਐਲਾਨ ਕਰਕੇ ਫਲੈਕਸ ਬੋਰਡ ਪੂਰੇ ਪੰਜਾਬ ਦੇ ਵਿੱਚ ਲਗਵਾ ਦਿੱਤੇ ਪਰ ਸਾਨੂੰ ਪੱਕਿਆ ਨਹੀਂ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਗੱਲ ਜੇਕਰ ਬਠਿੰਡਾ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੋਰ ਬਾਦਲ ਦੀ ਕੀਤੀ ਜਾਵੇ ਤਾਂ ਵੀਡੀਓ ਉਹਨਾਂ ਦੇ ਵੱਲੋਂ ਸਾਂਝੀ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਇਸ ਤੋਂ ਪਹਿਲਾਂ ਭਾਵ ਲੋਕਤੰਤਰ ਤੋਂ ਪਹਿਲਾਂ ਦੀਆਂ ਵੀ ਉਦਾਹਰਣਾਂ ਦੇ ਦਿੱਤੀਆਂ ਨੇ ਪੋਸਟ ਦੇ ਵਿੱਚ ਹਰ ਸਮਰਤ ਕੋਰ ਬਾਦਲ ਨੇ ਲਿਖਿਆ ਇਹ ਨਾ ਤਾਂ ਮੁਗਲਾਂ ਦੀ 17ਵੀਂ 18ਵੀਂ ਸਦੀ ਦੀ ਤਸਵੀਰ ਹੈ ਨਾ ਹੀ ਅੰਗਰੇਜ਼ਾਂ ਦੀ 19ਵੀਂ 20ਵੀਂ ਸਦੀ ਦੀ ਤਸਵੀਰ ਹੈ ਇਹ ਖਾਸ ਆਦਮੀ ਪਾਰਟੀ ਦੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੈ ਜੋ ਨਿਹੱਥੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਦੰਗਾਕਾਰੀ ਸਮਝ ਰਹੀ ਹੈ ਚੂਣਾ ਤੋਂ ਪਹਿਲਾਂ ਵਾਅਦਾ ਸੀ ਕਿ ਕਿਸੇ ਵੀ ਪੰਜਾਬੀ ਨੂੰ ਆਪ ਸਰਕਾਰ ਦੇ ਅਧੀਨ ਕਦੇ ਵੀ ਵਿਰੋਧ ਨਹੀਂ ਕਰਨਾ ਪਵੇਗਾ ਤਿੱਖਾ ਤੰਜ਼ ਕੀਤਾ ਗਿਆ ਹੈ ਹਰ ਸਿਮਰਤ ਕੋਰ ਬਾਦਲ ਦੇ ਵੱਲੋਂ ਕਿ ਇਹ ਮੁਗਲਾਂ ਦਾ ਜ਼ਮਾਨਾ ਵੀ ਨਹੀਂ ਹੈ ਅਤੇ ਅੰਗਰੇਜ਼ਾਂ ਦਾ ਜ਼ਮਾਨਾ ਵੀ ਨਹੀਂ ਹੈ ਪਰ ਇਹ ਭਗਵੰਤ ਮਾਨ ਦਾ ਜ਼ਮਾਨਾ ਹੈ ਜਿਸ ਦੇ ਵਿੱਚ ਇੰਨਾ ਤਸ਼ੱਦਦ ਅਧਿਆਪਕਾਂ ਤੇ ਕੀਤਾ ਜਾ ਰਿਹਾ ਹੈ ਜੇਕਰ ਅਕਾਲੀਆਂ ਨੇ ਇਹਨੇ ਤਿੱਖੇ ਵਾਰ ਕੀਤੇ ਤਾਂ ਕਾਂਗਰਸੀ ਪਿੱਛੇ ਕਿਵੇਂ ਰਹਿੰਦੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਭਗਵੰਤ ਮਾਨ ਦੇ ਲਈ ਕੁਝ ਅਜਿਹੇ ਸ਼ਬਦ ਵਰਤ ਦਿੱਤੇ ਗਏ ਨੇ ਜੋ ਕਿ ਭਗਵੰਤ ਮਾਨ ਨੂੰ ਵੀ ਕਦੇ ਵੀ ਚੰਗੇ ਨਹੀਂ ਲੱਗਣਗੇ ਭਗਵੰਤ ਮਾਨ ਦੇ ਬਾਰੇ ਬੋਲਦਿਆਂ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੇ ਇੱਕ ਵੀਡੀਓ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੁੱਟਕਟਾਪੇ ਦੀ ਪਾਈ ਗਈ ਅਤੇ ਨਾਲ ਉਹਨਾਂ ਨੇ ਇੱਕ ਪੋਸਟ ਵੀ ਪਾਈ ਹੈ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਮਾਸਟਰ ਦੇ ਮੁੰਡੇ ਪੈਗਵੰਤ ਮਾਨ ਨੂੰ ਪੁੱਛਦਾ ਕਿ ਕੱਚੇ ਅਧਿਆਪਕ ਇਸ ਤਰ੍ਹਾਂ ਪੱਕੇ ਹੁੰਦੇ ਹਨ ਨਾ ਪੱਗ ਦੀ ਇੱਜ਼ਤ ਰੱਖੀ ਨਾ ਚੁੰਨੀ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਗਵੰਤ ਮਾਨ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਆਖ ਦਿੱਤਾ ਗਿਆ ਏ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਅਤੇ ਉਹਨਾਂ ਦੇ ਵੱਲੋਂ ਅੱਜ ਹੀ ਸ਼ਬਦਾਵਲੀ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਵਰਤ ਦਿੱਤੀ ਗਈ ਹੈ। ਗੱਲ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਕਰੀਏ ਤਾਂ ਟਵੀਟ ਉਹਨਾਂ ਦੇ ਵੱਲੋਂ ਵੀ ਕਰ ਦਿੱਤਾ ਗਿਆ। ਉਹਨਾਂ ਨੇ ਟਵਿੱਟਰ ਤੇ ਇਹ ਵੀਡੀਓ ਕੁੱਟ-ਕਟਾਪੇ ਦੀ ਸਾਂਝੀ ਕੀਤੀ ਅਤੇ ਨਾਲ ਉਹਨਾਂ ਨੇ ਲਿਖਿਆ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹੋ ਜਿਹੇ 도ਗਲੇ ਲੀਡਰਾਂ ਸ਼ਰਮ ਨਾਲ ਡੋਬ ਮਰਨੇ ਚਾਹੀਦੇ ਨੇ ਇੰਗਲਿਸ਼ ਭਾਸ਼ਾ ਦੇ ਵਿੱਚ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਅਤੇ ਇਹ ਭਾਸ਼ਾ ਉਹਨਾਂ ਦੇ ਵੱਲੋਂ ਵਰਤੀ ਗਈ ਹੈ ਕਿ ਅਜਿਹੇ 도ਗਲੇ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਕਿ ਝੂਠੇ ਦਾਅਵੇ ਤਾਂ ਇਹ ਕਰਦੇ ਨੇ ਕਿ ਉਹ ਭਾਰਤ ਦੇ ਵਿੱਚ ਵਧੀਆ ਰਾਜਨੀਤੀ ਕਰਨ ਲਈ ਆਏ ਹਨ ਪਰ ਵੇਖੋ ਕਿਵੇਂ ਇਨ੍ਹਾਂ ਦੇ ਵੱਲੋਂ ਪੰਜਾਬੀਆਂ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਨੇ ਅਤੇ ਮਹਿਲਾ ਅਧਿਆਪਕਾਂ ਦੇ ਨਾਲ ਕਿਸ ਤਰੀਕੇ ਦਾ ਤਸ਼ੱਦਦ ਕੀਤਾ ਜਾ ਰਿਹਾ ਹੈ ਇਹ ਵੀਡੀਓ ਦਰਸਾਉਂਦੀ ਹੈ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਸ਼ਹਿਰ ਸੰਗਰੂਰ ਦੇ ਵਿੱਚ ਕੀ ਕੁਝ ਅਧਿਆਪਕਾਂ ਦੇ ਨਾਲ ਕੀਤਾ ਗਿਆ ਹੈ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਪਿਤਾ ਵੀ ਅਧਿਆਪਕ ਹੀ ਸਨ ਉਹ ਨਿਸ਼ਚਿਤ ਹੀ ਆਪਣੇ ਪੁੱਤਰ ਨੂੰ ਕੋਸ ਦੇ ਹੋਣਗੇ ਕਿ ਕਿਵੇਂ ਮੇਰੇ ਪੁੱਤਰ ਦੇ ਵੱਲੋਂ ਸੱਤਾ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਸੁਖਪਾਲ ਸਿੰਘ ਖੈਰਾ ਨੇ ਵੀ ਤਿੱਖੀ ਭਾਸ਼ਾ ਵਰਤ ਦਿੱਤੀ ਹੈ ਕਿ ਉਹਨਾਂ ਦੇ ਪਿਤਾ ਵੀ ਆਪਣੇ ਪੁੱਤਰ ਨੂੰ ਕੋਸ ਦੇ ਹੋਣਗੇ ਇਹ ਕੁੱਟਕਟਾਪਾ ਵੇਖ ਕੇ ਕਿ ਮੇਰੇ ਪੁੱਤਰ ਦੇ ਵੱਲੋਂ ਸੱਤਾ ਦਾ ਦੁਰਉਪਯੋਗ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਅਕਾਲੀ ਦਲ ਕਾਂਗਰਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੀ ਪਿੱਛੇ ਨਹੀਂ ਹੈ ਪੰਜਾਬ ਭਾਜਪਾ ਦੀ ਆਗੂ ਅਰਵਿੰਦ ਖੰਨਾ ਦੇ ਵੱਲੋਂ ਵੀ ਇਹ ਵੀਡੀਓ ਸਾਂਝੀ ਕੀਤੀ ਗਈ ਉਹਨਾਂ ਨੇ ਵੀ ਇੱਕ ਪੋਸਟ ਪਾਈ ਅਤੇ ਅਰਵਿੰਦ ਖੰਨਾ ਦੇ ਨੂੰ ਇਸ ਮੁੱਦੇ ਤੇ ਲਿਖਿਆ ਗਿਆ ਅਧਿਆਪਕਾਂ ਦੀਆਂ ਤਨਖਾਹਾਂ ਵਧਾ ਕੇ ਭਗਵੰਤ ਮਾਨ ਜੀ ਬਹੁਤ ਮਸ਼ਹੂਰੀ ਕਰ ਰਹੇ ਸਨ ਤੇ ਅੱਜ ਇਹੀ ਅਧਿਆਪਕ ਆਪ ਜੀ ਦੇ ਘਰ ਦੇ ਬਾਹਰ ਜਦੋਂ ਪੱਕਾ ਕੀਤੇ ਜਾਣ ਦੀ ਮੰਗਾਂ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਤਾਂ ਪੁਲਿਸ ਵੱਲੋਂ लाठी चार्ज ਕੀਤਾ ਗਿਆ ਇਹਨਾਂ ਦੀਆਂ ਮੰਗਾਂ ਨੂੰ ਕਾਇਦੇ ਨਾਲ ਸੁਣਿਆ ਤੇ ਸੁਲਝਾਇਆ ਜਾਵੇ ਨਾ ਕਿ ਇਹਨਾਂ ਤੇ लाठी चार्ज ਕਰਕੇ ਇਹਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਜਾਵੇ ਅਧਿਆਪਕਾਂ ਦੀ ਭਲਾਈ ਲਈ ਫੈਸਲੇ ਲਓ ਨਾ ਕਿ ਖੋਦੀ ਵਾਹ ਵਾਹੀ ਖਟਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੀ ਸਲਾਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤੀ ਗਈ ਹੈ ਕਿ ਸਿਰਫ ਐਲਾਨ ਕਰਕੇ ਫਲੈਕਸ ਬੋਰਡ ਲਾਉਣ ਦੇ ਨਾਲ ਹੀ ਗੱਲ ਨਹੀਂ ਬਣਨੀ ਹੈ ਅਸਲ ਦੇ ਵਿੱਚ ਵੀ ਆਪਣੇ ਐਲਾਨਾਂ ਨੂੰ ਲਾਗੂ ਕਰਨਾ ਹੀ ਪਵੇਗਾ ਏ 8736 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸੀ ਜਦੋਂ ਕੁਝ ਮਹੀਨਿਆਂ ਬਾਅਦ ਵੀ ਇਹਨਾਂ ਨੂੰ ਪੱਕਿਆ ਨਾ ਕੀਤਾ ਗਿਆ ਤਾਂ ਕੁਝ ਦਿਨ ਪਹਿਲਾਂ ਇਹ ਸੰਗਰੂਰ ਦੇ ਵਿੱਚ ਪਾਣੀ ਵਾਲੀ ਟੈਂਕੀ ਤੇ ਚੜ ਗਏ ਸਨ ਪਰ ਸਰਕਾਰ ਨੇ ਫਿਰ ਵੀ ਧਿਆਨ ਨਾ ਦਿੱਤਾ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਮੁੱਖ ਮੰਤਰੀ ਦੇ ਘਰ ਵੱਲ ਨੂੰ ਰੋਸ ਮਾਰਚ ਦੀ ਪਲੈਨਿੰਗ ਬढ़ाई ਗਈ ਕੁਝ ਬਾਕੀ ਹੋਰ ਕੱਚੇ ਮੁਲਾਜ਼ਮਾ ਨੇ ਵੀ ਆਖਿਆ ਕਿ ਅਸੀਂ ਵੀ ਤੁਹਾਡੇ ਰੋਸ ਮਾਰਚ ਦੇ ਵਿੱਚ ਸਾਥ ਦੇਵਾਂਗੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਸ ਤਰੀਕੇ ਨਾਲ ਕੁੱਟਕਟਾਪ ਉਹਨਾਂ ਦਾ ਕਰ ਦਿੱਤਾ ਜਾਵੇਗਾ ਜੇ ਦੀ ਹੁਣ ਚਾਰੇ ਪਾਸਿਓਂ ਨਿਖੇਦੀ ਹੁੰਦੀ ਦਿਖਾਈ ਦਿੰਦੀ ਹੈ ਇੱਥੇ ਅਸੀਂ ਇਸ ਮੁੱਦੇ ਤੇ ਤੁਹਾਡੀ ਵੀ رائے ਜਾਣ ਲੈਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੇਕਰ ਆਖਿਆ ਜਾਂਦਾ ਸੀ ਕਿ ਮੇਰੀ ਸਰਕਾਰ ਦੇ ਵਿੱਚ ਧਰਨੇ ਦੇਣ ਦੀ ਲੋੜ ਹੀ ਨਹੀਂ ਪਵੇਗੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਫਿਰ ਭਗਵੰਤ ਮਾਨ ਨੇ ਇਹਨਾਂ ਵਿਰੋਧ ਕਰਨ ਵਾਲਿਆਂ ਨੂੰ ਕਟਵਾਉਣਾ ਕਿਉਂ ਸ਼ੁਰੂ ਕਰ ਦਿੱਤਾ ਏ ਇਸ ਦੇ ਪਿੱਛੇ ਤੁਹਾਨੂੰ ਕੀ ਕਾਰਨ ਲੱਗਦਾ ਏ ਜੋ ਵੀ ਤੁਹਾਡੀ ਰਾਏ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਇਸੇ ਤਰ੍ਹਾਂ ਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਲਗਲੀ ਵਾਰ ਫੇਰ ਆਜਰੂ ਮੰਗਾ ਤੁਸੀਂ ਦੇ ਇੱਕ ਦਰੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ